ਰਹਿਣਾ ਸਨ। ਕੀ ਗੱਲ ਹੋਈ ਕੀ ਗੱਲ ਹੋਈ ਤੁਹਾਡੇ ਨਾਲ? ਕੋਈ ਗੱਲਬਾਤ ਨਹੀਂ, ਇੱਥੇ ਲੰਮੇ ਪਿਆ, ਲੰਮੇ ਪਿਆ ਦੇ ਆਣ ਕੇ ਕਿਰਪਾਨ ਮਾਰਤੀ ਉਹਨੇ, ਦੂਜੀ ਇੱਥੇ ਮਾਰਤੀ ਆ। ਕਿੰਨੇ ਮਾਰੀ? ਕਿੰਨੇ? ਇਸ ਸਾਹਿਬ ਸਿੰਘ। ਉਹ ਕੌਣ? ਨਿਹੰਗ ਸਿੰਘ। ਗਲਤ ਕੋਈ ਨੀ, ਮੈਨੂੰ ਤਾਂ ਪਤਾ ਵੀ ਨਹੀਂ, ਗਾਲਾਂ ਕੱਢੀਆਂ ਨੇ, ਮੈਂ ਉੱਥੇ ਬੈਠਾ ਆਪਣੀ ਕੁੜੀ ਦਾ, ਉਹ ਮੁੰਡਾ ਵੀ ਜਿਹੜਾ ਉਹ ਵੀ ਮੈਨੂੰ ਦੱਸ ਗਿਆ। ਕੋਈ ਪੁਰਾਣੀ ਰੰਜਿਸ਼ ਸੀ? ਨਾ ਨਾ। ਕੀ ਮੇਲ ਚਾਲ ਹੈਗਾ ਸੀ ਉਸ ਨਿਹੰਗ ਨਾਲ? ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਨਾ ਤੇ ਕਾਰਨ ਵੀ ਨਹੀਂ ਦੱਸਿਆ ਕਿਉਂ ਮਾਰਨ ਆਇਆ? ਨਹੀਂ, ਉਹ ਆਉਂਦੇ ਤੈਨੂੰ ਦੱਸਿਆ ਵੀ ਬੂਹਾ ਲਾਂਘ ਰਿਹਾ ਸਾਲ, ਬੂਹਾ ਖੁੱਲ੍ਹਾ ਜੇ 9:15 ਦਾ ਟਾਈਮ ਸੀ, ਆਉਂਦੇ ਆਉਂਦੇ ਮੇਰੇ ਕਿਰਪਾਨ ਆ ਮਾਰਤੀ, ਆਹ ਚੱਪਣੀ ਜੋ ਮਾਰੀ ਚੱਪਣੀ ਵੱਢਣ ਦਾ ਕਰਕੇ ਇਹ ਤਿਲਕ ਕੇ ਇੱਥੇ ਥੱਲੇ ਚੱਲ ਗਈ ਹੈ। ਅੱਛਾ, ਪਜਾਮਾ ਵੱਢਿਆ ਹੋਵੇ ਤੇ ਹੋਰ ਕਿੱਥੇ ਮਾਰੀ? ਲੱਤ ਤੋਂ ਇਲਾਵਾ? ਹੁਣ ਡਾਕਟਰ ਕੀ ਕਹਿੰਦੇ ਆ? ਉਹ ਨਹੀਂ ਉਹਨਾਂ ਦੇ ਕੋਲ ਨਹੀਂ, ਉਹਨੇ 25-20 ਚੋਪੇ ਟੱਪੇ ਲਾ ਦਿੱਤੇ। ਅੱਛਾ, ਹਾਂਜੀ। ਤੇ ਘਰ ਦੇ ਵਿੱਚ ਕੋਈ? ਕੋਈ ਵੀ ਨਹੀਂ ਘਰ, ਇਕੱਲਾ ਹੀ ਅਮਰ ਸਿੰਘ ਜੀ। ਮਾਤਾ ਸਰਿੰਦੀ ਆ ਪਟਾਉਣੇ ਕੋਲ, ਮਾਤਾ ਆਪਣੀ, ਇਹ ਗੁੱਡੀਆਂ ਨੇ ਸਾਰੀਆਂ ਲਾਈਆਂ ਤਿੰਨੇ। ਪੁਲਿਸ ਨੂੰ ਦਰਖਾਸਤ ਦਿੱਤੀ? ਹਾਂ ਦੇ ਆਏ। ਤੇ ਪੁਲਿਸ ਆਈ? ਨਹੀਂ ਅਜੇ ਨਹੀਂ ਆਈ। ਇੱਥੇ ਨਹੀਂ ਆਈ? ਨਹੀਂ। ਕੀ ਨਾਂ ਕੀ ਤੁਹਾਡਾ? ਰਾਣਾ ਸਿੰਘ। ਹਾਂਜੀ, ਕੀ ਨਾਮ? ਸ਼ਿੰਦਰ ਕੌਰ। ਕੀ ਗੱਲ ਹੋਈ ਹੈ? ਕੁਛ ਨਹੀਂ, ਫਾਦਰ ਸਾਹਿਬ ਘਰੇ ਇਕੱਲੇ ਸੀ, ਬ੍ਰਦਰ ਕੰਮ 'ਤੇ ਹੁੰਦਾ ਵਾ, ਅਤੇ ਛੋਟਾ ਭਰਾ ਮੇਰਾ ਗੁਹਾਟੀ ਗਿਆ ਕੰਮ 'ਤੇ, ਇਹ ਇਕੱਲੇ ਹੀ ਸੀ ਅਤੇ ਇਕੱਲਿਆਂ ਨੂੰ ਉਹਨਾਂ ਨੇ ਰਾਤ ਆਣ ਕੇ ਇਕੱਲੇ ਇਹਨਾਂ ਨੇ ਗੋਡੇ 'ਤੇ ਮਾਰੀ ਆ, ਫਿਰ ਧੌਣ 'ਚ ਮਾਰੀ ਆ, ਉਸੇ ਵਕਤ ਹੀ ਭੱਜ ਗਏ ਆ ਕਿ ਕੋਈ ਆਣ ਕੇ ਵੇਖ ਨਾ ਲਵੇ। ਕੌਣ ਸੀ ਜਿਨ੍ਹਾਂ ਨੇ? ਪਿੰਡ ਦਾ ਕੋਈ, ਕੀ ਨਾਮ? ਸੁਖਵਿੰਦਰ ਸਿੰਘ ਸਰਪੰਚ, ਅਤੇ ਇੱਕ ਨਿਹੰਗ ਸੀ ਨਾਲ, ਅਤੇ ਸਰਪੰਚ ਸਾਹਿਬ ਲਾਗੇ ਖਲੋਤੇ ਸੀ ਅਤੇ ਉਹਨਾਂ ਨੇ ਇਸ ਕੰਮ ਨੂੰ ਵਾਰਦਾਤ ਨੂੰ ਦਿੱਤਾ ਅੰਜਾਮ। ਕੋਈ ਲੜਾਈ ਝਗੜਾ? ਨਹੀਂ, ਲੜਾਈ ਝਗੜਾ ਕੋਈ ਨਹੀਂ, ਅਸਲ 'ਚ ਇਹਨਾਂ ਦੀ ਪੁਰਾਣੀ ਆਦਤ ਹੈਗੀ ਹੈ ਕਿ ਪੈਗ ਲਾ ਕੇ ਥੋੜ੍ਹਾ ਬਹੁਤਾ ਫਾਲਤੂ ਗਾਲ ਮੰਦਾ ਕਰਨਾ, ਉਹ ਇਹਨਾਂ ਦੀ ਬਹੁਤ ਪੁਰਾਣੀ ਆਦਤ ਹੈਗੀ ਆ, ਘਰ 'ਚ ਹੀ ਬੋਲਦੇ, ਫਾਲਤੂ ਬਾਹਰ ਨਹੀਂ ਕਿਸੇ ਨੂੰ ਬੋਲਦੇ, ਉਹਨਾਂ ਨੂੰ ਇਹ ਕਿ ਸਾਨੂੰ ਕੱਢਦੇ ਲਾ ਕੇ, ਇਸ ਕਾਰਨ ਉਹਨਾਂ ਨੇ ਵੇਖਿਆ ਕਿ ਘਰ ਇਹਨਾਂ ਦਾ ਬੇਟਾ ਕੋਈ ਨਹੀਂ ਹੈਗਾ, ਬੇਟੀ ਕੋਈ ਨਹੀਂ ਹੈਗੀ, ਇਕੱਲਿਆਂ ਨੂੰ ਰਾਤ ਵੱਟ ਫੱਟ ਕਰ ਗਏ ਆ। ਉਹ ਲਾਗੇ ਰਹਿੰਦੇ ਘਰ ਦੇ? ਹਾਂਜੀ। ਪੁਲਿਸ ਨੂੰ ਦਰਖਾਸਤ ਦਿੱਤੀ ਇਹਦੇ ਬਾਰੇ? ਹਾਂਜੀ, ਦਰਖਾਸਤ ਦੇ ਕੇ ਆਏ ਸੀ ਅਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ। ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ? ਹਾਂਜੀ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਸੱਟ ਪਿੱਟ ਗਈ? ਸਾਡੇ ਚਾਚਾ ਜੀ ਦੀ ਲਾਗੇ ਨੂੰਹ ਸੀ, ਉਹ ਸੁਬਹਾ 6 ਵਜੇ ਚਾਹ ਦੇਣ ਆਏ ਸੀ ਅਤੇ ਉਹਨਾਂ ਨੇ ਵੇਖਿਆ ਕਿ ਇੰਨੀਆਂ ਸੱਟਾਂ ਪਿੱਟਾਂ ਲੱਗੀਆਂ ਵਾ, ਤਲਾਈਆਂ ਗੱਦੇ ਸਾਰੇ ਖੂਨ ਨਾਲ ਭਰੇ ਸੀ, ਅਤੇ ਫਿਰ ਉਹਨਾਂ ਨੇ ਸਾਨੂੰ ਫੋਨ ਲਾਇਆ ਤੜਕੇ 6 ਵਜੇ, ਫਿਰ ਅਸੀਂ ਮੌਕੇ 'ਤੇ ਪਹੁੰਚੇ ਹਾਂ। ਹਾਂਜੀ, ਹਸਪਤਾਲ ਉਹ ਲੈ ਕੇ ਆਏ ਆ, ਅਤੇ ਇਹ ਕਿ ਇੱਥੇ ਇਕੱਠੇ ਪਹੁੰਚ ਗਏ ਸੀ ਸਾਰੇ ਮੌਕੇ 'ਤੇ। ਹਾਂਜੀ ਸਰ, ਧਾਲਣਾ 'ਤੇ 2 ਕੁ ਦਿਨ ਪਹਿਲਾਂ ਜਿਹੜੀ ਲੜਾਈ ਹੋਈ ਆ, ਨਿਹੰਗ ਸਿੰਘ ਨੇ ਕੋਈ ਕਿਰਪਾਨਾਂ ਨਾਲ ਵਾਰ ਕੀਤੀ, ਕੀ ਮਾਮਲਾ ਹੈਗਾ? ਇਹਦੇ ਵਿੱਚ ਉਹਦੀ MLR ਥਾਣੇ ਸਾਨੂੰ ਆ ਗਈ ਆ, ਅਤੇ MLR ਦੇ ਰਿਗਾਰਡਿੰਗ ਜਿਹੜੇ ਹੈਗੇ ਆ ਬਿਆਨ ਲਿਖਣ ਵਾਸਤੇ ਚੱਲੇ ਉਹਨਾਂ ਦੇ ਸਿਵਲ ਹਸਪਤਾਲ, ਅਤੇ ਜੋ ਵੀ ਬਿਆਨ ਲਿਖਾਊਗਾ ਉਸ ਹਿਸਾਬ ਨਾਲ ਜਿਹੜੀ ਕਾਨੂੰਨੀ ਕਾਰਵਾਈ ਵਾਧੀ ਕੀਤੀ ਜਾਊਗੀ। ਅਤੇ ਕੀ ਕੋਈ ਰੰਜਿਸ਼ ਬਾਜੀ ਨਾਲ ਇਹ ਸਾਰਾ ਕੁਛ ਹੋਇਆ, ਕੀ ਕਾਰਨ ਹੈਗਾ ਜੀ? ਇੰਨਾ ਪਤਾ ਲੱਗਾ ਵੀ ਉਹ ਕੋਈ ਗਾਲਾਂ ਗੁਲਾਂ ਕਰਦਾ ਸੀ ਅਤੇ ਉਹਦੇ ਰਿਕਾਰਡ ਪਤਾ ਕਰਨ ਵਾਸਤੇ ਗਿਆ ਅਤੇ ਉੱਥੇ ਉਹਨਾਂ ਦਾ ਝਗੜਾ ਹੋ ਗਿਆ ਜੀ। ਸਰ, ਘਰ ਵਾਲਿਆਂ ਦਾ ਕਹਿਣਾ ਕਿ ਅਸੀਂ ਕਾਫੀ ਦਿਨ ਹੋ ਗਏ ਉਹਨਾਂ ਨੂੰ ਦਰਖਾਸਤ ਦਿੱਤੀ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ? ਕਾਰਵਾਈ ਤਾਂ ਹੈਗੀ, ਉਹਦੇ ਮੈਡੀਕਲ ਸਾਨੂੰ ਅੱਜ ਹੀ ਆਇਆ ਜੀ, ਅਤੇ ਮੈਡੀਕਲ ਦੇ ਰਿਗਾਰਡਿੰਗ ਜੋ ਵੀ ਹੈਗਾ ਉਹਦੇ ਬਿਆਨ ਲਿਖਣ ਚੱਲੇ ਆ, ਅਤੇ ਉਹਦੇ ਜੋ ਵੀ ਲੋਕ ਹੈਗੇ ਤੁਹਾਨੂੰ ਕਾਰਵਾਈ ਮਰਨੀ ਕਰਦੇ। ਠੀਕ ਹੈ, ਅਗਲੀ ਕਾਰਵਾਈ ਕੀ ਹੋਏਗੀ ਤੁਹਾਡੀ? ਉਹਦੇ ਉੱਤੇ ਬਿਆਨ ਲਿਖਣ ਤੋਂ ਬਾਅਦ ਜੋ ਆਪਣੇ ਬਿਆਨ ਲਿਖਾਊਗਾ ਉਸ ਹਿਸਾਬ ਨਾਲ ਉੱਤੇ ਕਾਰਵਾਈ ਕੀਤੀ।